ਹੌਕੀ ਇੱਕ ਐਸੀ ਗੇਮ ਆ ਜਿਹੜੀ ਸਾਡੀ ਨਸਲਾਂ ਦੇ ਵਿੱਚ ਕਹ ਲੋ ਕਿ ਰਚ ਦੀ ਵਸਤੀ ਜਿਹੜੀ ਕਿ ਸ਼ੁਰੂ ਤੋਂ ਚੱਲਦੀ ਆਦੀ ਹੈ ਇੰਗਲੈਂਡ ਦੇਖ ਲਓ ਹਾਂਗਕਾਂਗ ਦੇਖ ਲਓ ਕੈਨੇਡਾ ਦੇਖ ਲਓ ਪਹਿਲਾਂ ਕੋਈ ਗੱਲ ਨਹੀਂ ਕਰਦਾ ਸੀ ਹੌਕੀ ਬਾਰੇ ਹੁਣ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ ਤੁਹਾਨੂੰ ਪੋਸਟਾਂ ਮਿਲਦੀਆਂ ਰਹਿੰਦੀਆਂ ਹੌਕੀ ਦੇ ਬਾਰੇ ਕੋਈ ਨਾ ਕੋਈ ਗੱਲਬਾਤ ਹੁੰਦੀ ਆ ਹਨ ਮੈਨਜ਼ ਹੌਕੀ ਦੀਆਂ ਟੀਮਾਂ ਦੇ ਨਾਲ-ਨਾਲ ਜੇ ਊਮਨ ਟੀਮਜ਼ ਵੀ ਖੇਡ ਰਹੀਆਂ ਨੇ ਔਰ ਉਹਦੇ ਨਾਲ-ਨਾਲ ਬੱਚਿਆਂ ਦੀਆਂ ਟੀਮਾਂ ਵੀ ਖੇਡ ਰਹੀਆਂ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਅਸੀਂ ਚਾਹੁੰਦੇ ਆਂ ਵੀ ਊਮਨ ਪਾਰਟਿਸਪੇਸ਼ਨ ਵੀ ਵ ਸਤਿ ਸ੍ਰੀ ਅਕਾਲ ਜੀ ਮੈਂ ਸਰਬਗਿੱਲ ਪੰਜਾਬ ਟੀਵੀ ਤੇ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਇੱਥੇ ਮੈਲਬਨ ਦਾ ਸਟੇਟ ਹਾਕੀ ਸਟੇਡੀਅਮ ਦੇ ਵਿੱਚ ਪਹੁੰਚੇ ਹਾਂ ਜਿੱਥੇ ਅਸੀਂ ਇੱਕ ਮੀਡੀਆ ਕਾਨਫਰੰਸ ਕਰ ਰਹੇ ਹਾਂ ਆਓ ਆਪਾਂ ਇਸ ਟੂਰਨਾਮੈਂਟ ਦੇ ਰਿਗਾਰਡਿੰਗ ਮਨਪ੍ਰੀਤ ਭਾਜੀ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਫਾਰਮਰ ਪਾਕਿਸਤਾਨ ਹਾਕੀ ਕੈਪਟਨ ਵਸੀਮਤ ਅਹਿਮਦ ਭਾਜੀ ਵੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵਸੀਮ ਭਾਜੀ ਸਵਾਗਤ ਜੀ ਪੰਜਾਬ ਟੀਵੀ ਆਸਟ੍ਰੇਲੀਆ ਦੇ ਉੱਤੇ ਦੇ ਸ਼ੁਕਰੀਆ ਬਹੁਤ ਮੈਂ ਮਨਪ੍ਰੀਤ ਬਾਜੀ ਨੂੰ ਸਪੈਸ਼ਲੀ ਇਹਨਾਂ ਦੀ ਬੜੀ ਐਫਰਟ ਹੈ ਕੀ ਹੈ ਕਿ ਜਿਨ੍ਹਾਂ ਨੇ ਮੈਲਬਨ ਯਾਂ ਆਸਟ੍ਰੇਲੀਆ ਦੇ ਵਿੱਚ ਇੱਕ ਨਵੀਂ ਰੀਤ ਸ਼ੁਰੂ ਕੀਤੀ ਹੈ ਜੀ ਤੇ ਹੋਪਫੁਲੀ ਇਹਦਾ ਸਾਡੀ ਕਮਿਊਨਿਟੀ ਨੂੰ ਸਾਡੇ ਲੋਕਾਂ ਨੂੰ ਸਾਡੇ ਆਉਣ ਵਾਲੀ ਨਸਲਾਂ ਨੂੰ ਬੜਾ ਫਾਇਦਾ ਹੋਏਗਾ ਔਰ ਅਗਲੇ ਸਾਲ ਤੋਂ ਇਹ ਮੇਰੇ ਬੜੀ ਦੇਰ ਦੇ ਪਿੱਛੇ ਪਏ ਹੋਏ ਹੈ ਕਿ ਯਾਰ ਤੁਸੀਂ ਪਾਕਿਸਤਾਨ ਦੀ ਟੀਮ ਨੂੰ ਵੀ ਵਿੱਚ ਅਗਲੀ ਦਫਾ ਸੀ ਕਰਨਾ ਵਾ ਤੇ ਲਾਸਟ ਈਅਰ ਕਹ ਰਹੇ ਸਨ ਲੇਕਿਨ ਲਾਸਟ ਈਅਰ ਤੇ ਅਸੀਂ ਨਹੀਂ ਉਹਨੂੰ ਅਗੇ ਕੋਈ ਕਰ ਸਕੇ ਲੇਕਿਨ ਐਸਟਾਰ ਇਹਨਾਂ ਨੇ ਹੁਣੇ ਅਨਾਉਂਸ ਕਰ ਦਿੱਤੀ ਐ ਟੀਮ ਸਾਡੀ ਤੇ ਅਗਲੇ ਸਾਲ ਪਾਕਿਸਤਾਨ ਦੀ ਵੀ ਇੱਕ ਸਾਡੇ ਸਿਰਫ ਜਿਹਦੇ ਚ ਪਾਕਿਸਤਾਨ ਟੀਮ ਦੇ ਪਲੇਅਰ ਹੋਣ ਤੇ ਅਗਲੇ ਸਾਲ ਉਹ ਵੀ ਪਾਰਟਿਸਪੇਟ ਕਰੇਗੀ ਟੂਰਨਾਮੈਂਟ ਚ ਜੀ ਤੇ ਲੋਕਾਂ ਨਾਲ ਵੀ ਆ ਕਿ ਇੱਕ ਕਿ hockey ਵਾਸਤੇ ਜ਼ਰੂਰ ਆਣ ਔਰ ਜਿੰਨੇ ਔਰ ਸਪੈਸ਼ਲਿਸ ਸਪான்ਸਰ ਜਿੰਨੇ ਲੋਕਾਂ ਨੇ ਵੀ ਆਲਰੇਡੀ ਸਪான்ਸਰ ਕਰ ਰਹੇ ਆ ਜਾਂ ਜਿਹੜੇ ਹਲੇ ਪਿੱਛੇ ਨੇ ਉਹ ਵੀ ਅੱਗੇ ਆਣ ਜੀ ਔਰ hockey ਨੂੰ ਸਪੋਰਟ ਕਰਨ ਔਰ hockey ਨੂੰ ਉਸ ਲੈਵਲ ਤੇ ਲੈ ਕੇ ਜਾਣ ਜਿਸ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਜੀ ਅਮ ਸ਼ੁਕਰੀਆ ওয়ਸੀਮ ਪਾਜੀ ਅਮ ਸਾਰੀ ਇਨਫਰਮੇਸ਼ਨ ਤੁਸੀਂ ਸਾਂਝੀ ਕਰ ਦਿੱਤੀ ਹੈ ਔਰ ਮੁਬਾਰਕ ਦੇ ਹੱਕਦਾਰ ਤੁਸੀਂ ਆਪ ਵੀ ਹੋ ਕਿਉਂਕਿ ਤੁਸੀਂ ਬੜੇ ਸਾਲਾਂ ਤੋਂ hockey ਦੇ ਮਾਧਿਅਮ ਨਾਲ ਅਮ ਸਾਡੀ ਸਾਰਿਆਂ ਦੀ ਸੇਵਾ ਕਰ ਰਹੇ ਹੋ ਔਰ ਸਾਨੂੰ ਮਤਲਬ ਇਨਾ ਵਧੀਆ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲਦਾ ਜਦੋਂ ਖਾਸ ਤੌਰ ਤੇ ਪਾਕਿਸਤਾਨਾ ਹਾਕੀ ਟੀਮ ਨੂੰ ਅਸੀਂ ਦੇਖਦੇ ਹਾਂ ਇੰਟਰਨੈਸ਼ਨਲ ਲੈਵਲ ਤੇ ਤੇ ਆਪਾਂ ਇਸ ਕੰਪੀਟੀਸ਼ਨ ਦੇ ਰਿਗਾਰਡਿੰਗ ਗੱਲ ਕਰਦੇ ਹਾਂ ਕਿੰਨਾ ਖਾਸ ਹੋ ਜਾਂਦਾ ਕਿਸੇ ਵੀ ਕਮਿਊਨਿਟੀ ਵਾਸਤੇ ਸਪੈਸ਼ਲੀ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਜਦੋਂ ਆਪਾਂ ਇਸ ਤਰ੍ਹਾਂ ਦੇ ਹਾਈ ਲੈਵਲ ਦੇ ਜਿਹੜੇ ਜਿੱਥੇ 올ímpians ਵੀ ਆ ਰਹੇ ਨੇ ਔਰ ਸਾਡੇ ਲੋਕਲ ਪਲੇਅਰ ਜਿਹੜੇ ਨੇ ਉਹ ਖੇਡਦੇ ਨੇ ਸਾਰੇ ਇਕੱਠੇ ਆਉਣ ਵਾਲੀ ਜਨਰੇਸ਼ਨ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਇਨਵੀਟੇਸ਼ਨਲ ਇੰਟਰਨੈਸ਼ਨਲ ਟੂਰਨਾਮੈਂਟ ਨੇ ਉਹ ਕਿੰਨੇ ਕ ਇੰਪੋਰਟੈਂਟ ਨੇ ਸਪੈਸ਼ਲੀ ਇਹਨਾਂ ਮੁਲਕਾਂ 'ਚ ਜਿਵੇਂ ਆਸਟ੍ਰੇਲੀਆ 'ਚ ਜਾਂ ਫੋਰਨ ਮੁਲਕਾਂ ਦੇ ਵਿੱਚ ਸਪੋਰਟਸ ਨੂੰ ਕਰਾਣਾ ਔਰ ਹਾਕੀ ਨੂੰ ਸਪੈਸ਼ਲੀ ਕਰਾਣਾ ਇੱਕ ਬਹੁਤ ਵੱਡਾ ਬਹੁਤ ਵੱਡਾ ਕੰਮ ਆ ਔਰ ਸਾਡੀ ਨਸਲ ਨੂੰ ਵਰਨਾ ਤੇ ਹਾਕੀ ਦਾ ਅਕਸਰ ਨੂੰ ਪਤਾ ਹੀ ਕੋਈ ਨਹੀਂ ਉਹ ਜ਼ਿਆਦਾਤਰ ਕ੍ਰਿਕਟ ਨੂੰ ਫਾਲੋ ਕਰਦੇ ਆ ਜਾਂ ਇਵਨ ਯੂਰਪ ਵਗੈਰਾ ਜਿੱਥੇ ক্রিকেট ਵੀ ਨਹੀਂ ਹੈਗੀ ਤੇ ਉਹ ਫੁੱਟਬਾਲ ਨੂੰ ਜਾਂ ਹੋਰ ਗੇਮਾਂ ਨੂੰ ਲੇਕਿਨ ਹਾਕੀ ਇੱਕ ਐਸੀ ਗੇਮ ਆ ਜਿਹੜੀ ਸਾਡੀ ਨਸਲਾਂ ਦੇ ਵਿੱਚ ਕਹ ਲਓ ਕਿ ਰਚ ਦੀ ਵਸਤੀ ਜਿਹੜੀ ਕਿ ਸ਼ੁਰੂ ਤੋਂ ਚੱਲਦੀ ਆ ਆ ਰਹੀ ਐ ਔਰ ਜਿੱਥੇ ਵੀ ਹੁਣ ਇੰਗਲੈਂਡ ਦੇਖ ਲਓ ਹਾਂਗਕਾਂਗ ਦੇਖ ਲਓ ਕੈਨੇਡਾ ਦੇਖ ਲਓ ਅਮਰੀਕਾ ਹਰ ਜਗ੍ਹਾ ਕੋਈ ਨਾ ਕੋਈ ਆਪਣੇ ਪੰਜਾਬੀਆਂ ਦੇ ਕਲੱਬ ਤੇ ਆਸਟ੍ਰੇਲੀਆ ਜੇ ਬੜੀ ਜ਼ਰੂਰਤ ਸੀ ਆਲਰੇਡੀ ਕਲੱਬ ਕੰਮ ਕਰਦੇ ਪਏ ਨੇ ਲੇਕਿਨ ਇਸ ਤਰ੍ਹਾਂ ਦਾ ਟੂਰਨਾਮੈਂਟ ਮੇਰਾ ਖਿਆਲ ਆ ਕਿ ਪੂਰੀ ਦੁਨੀਆ ਦੇ ਵਿੱਚ ਕਦੀ ਕਿਸੇ ਨੇ ਆਰਗੇਨਾਈਜ਼ ਨਹੀਂ ਸਪੈਸ਼ਲੀ ਕੈਨੇਡਾ 'ਚ ਹੁੰਦੇ ਨੇ ਕੋਈ 3 ਦਿਨ 3 ਡੇਜ਼ ਟੂਰਨਾਮੈਂਟ ਉਹਦੇ ਇਲਾਵਾ ਕੋਈ ਪ੍ਰੋਪਰ ਅੱਛਾ ਟੂਰਨਾਮੈਂਟ ਹੋਰ ਕਿਸੇ ਪਾਸੇ ਵੀ ਤੇ ਇਹ ਬੜਾ ਵੱਡਾ ਇਹਨਾਂ ਦਾ ਇੱਕ ਕੰਮ ਹੈਗਾ ਔਰ ਸਪੈਸ਼ਲੀ ਇਹਦਾ ਅਲਟੀਮੇਟਲੀ ਇੱਥੇ ਆਸਟ੍ਰੇਲੀਆ 'ਚ ਹਾਕੀ ਨੂੰ ਇਹਨਾਂ ਨੂੰ ਤੇ ਪਤਾ ਹੀ ਨਹੀਂ ਆਸਟ੍ਰੇਲੀਆ ਦੇ ਵਿੱਚ ਕਿ ਜਿਵੇਂ ਸਾਡੇ ਪਾਕਿਸਤਾਨੀਆਂ ਇੰਡੀਆ 'ਚ ਜਿਵੇਂ ਪ੍ਰੋਫੈਸ਼ਨਲ ਹਾਕੀ ਕਿ ਜਿਵੇਂ ਪਲੇਅਰਾਂ ਨੂੰ ਲੁੱਕ ਆਫਟਰ ਕੀਤਾ ਜਾਂਦਾ ਔਰ ਇਹਨਾਂ ਵਾਸਤੇ ਬੜੀਆਂ ਸਟ੍ਰੇਂਜ ਚੀਜ਼ਾਂ ਨੇ ਕਿ ਯਾਰ ਫਰੀਦੀਆਂ ਕਿਟਾ ਮਿਲ ਰੀਆਂ ਤੇ ਪ੍ਰਾਈਜ਼ ਮਨੀ ਮਿਲ ਰਹੀ ਪਲੇਅਰਾਂ ਨੂੰ ਤੇ ਹੁਣ ਮੋਟਰਸਾਈਕਲ ਜਿਵੇਂ ਇਸ ਸਾਲ ਵੀ ਇਹਨਾਂ ਨੇ ਇਦਾਂ ਦੀਆਂ ਚੀਜ਼ਾਂ ਇਹਨਾਂ ਨੇ ਤੇ ਕਦੇ ਇਹ ਤੇ ਪੈਸੇ ਲੈਂਦੇ ਆ ਦਿੰਦਾ ਇਹਨਾਂ ਜੋ ਕੋਈ ਵੀ ਨਹੀਂਗਾ ਤੇ ਇਹ ਬੜੀ ਜ਼ਰੂਰੀ ਆ ਕਿ ਇਹ ਵੀ ਪ੍ਰੋਫੈਸ਼ਨਲਿਜ਼ਮ ਆ ਲਾਰਡ ਹੌਕੀ ਚ ਇਹ ਵੀ ਇਨਵੈਸਟ ਕਰਨ ਪਲੇਅਰਾਂ ਤੇ ਔਰ ਔਰ ਸਪੈਸ਼ਲੀ ਸਾਡੀ ਨਸਲਾਂ ਜਾਨੀ ਕਿ ਕੱਲ ਨੂੰ ਸਾਡੀ ਇੰਡੀਆ ਦੇ ਪਾਕਿਸਤਾਨ ਦੇ ਸਾਡੇ ਲੋਕ ਜਿਹੜੇ ਬੱਚੇ ਆ ਇੱਥੇ ਖੇਡ ਕੇ ਇਹਨਾਂ ਦੀ ਨੈਸ਼ਨਲ ਟੀਮ ਚ ਖੇਡਣ ਔਰ ਹੌਲੀ ਹੌਲੀ ਇਹ ਵੀ ਲੋਕ ਵੀ ਉਸੇ ਤਰ੍ਹਾਂ ਪ੍ਰੋਫੈਸ਼ਨਲਿਜ਼ਮ ਵਾਲੇ ਪਾਸੇ ਆਣ ਜਿਵੇਂ ਅਸੀਂ ਇੰਡੀਆ ਪਾਕਿਸਤਾਨ ਜਾਂ ਬਾਕੀ ਵੀ ਸਾਰੇ ਹਰ ਜਗ੍ਹਾ ਤੇ ਹੈ ਵਾ ਜੀ ਰੋਕੀ ਨੂੰ ਇਹ ਬਹੁਤ ਜ਼ਿਆਦਾ ਨੀਡ ਹੈਗੀ ਐ ਸਪੈਸ਼ਲੀ ਇੱਥੇ ਵਰਨਾ ਇੱਥੇ ਦੇ ਪਲੇਅਰ ਸਿਰਫ ਲਵ ਵਾਸਤੇ ਹਾਕੀ ਖੇਡਦੇ ਆ ਇੱਥੇ ਇਸੇ ਨੂੰ ਵੀ ਕੋਈ ਬੈਨੀਫਿਟ ਜਾਂ ਤੁਸੀਂ ਨੈਸ਼ਨਲ ਟੀਮ ਚ ਖੇਡਦੇ ਤੇ ਸ਼ਾਇਦ ਤੁਹਾਨੂੰ ਸਪਾਂਸਰਸ਼ਿਪ ਤੇ ਚੀਜ਼ਾਂ ਮਿਲਦੀਆਂ ਆ ਅਦਰਵਾਇਜ਼ ਤੁਸੀਂ ਕਲੱਬਾਂ ਵਾਲ ਜਾਂ ਜਦੋਂ ਤੁਸੀਂ ਇੱਥੇ ਦੀ ਸਟੇਟ ਚ ਵੀ ਖੇਡਦੇ ਪਏ ਉਹ ਤੁਹਾਨੂੰ ਹਰ ਚੀਜ਼ ਉਹ ਵਸ ਆਪ ਹੀ ਲੁੱਕ ਆਫਟਰ ਤੁਸੀਂ ਕਰਦੇ ਪਏ ਜੀ 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 ਬਿਲਕੁਲ ਭਾਈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਪਰ ਸਾਨੂੰ ਤੁਹਾਡੇ ਵਰਗੇ ਸੀਨੀਅਰ ਜਿਹੜੇ ਪਲੇਅਰ ਨੇ ਜਿਨ੍ਹਾਂ ਨੇ 12 15 ਸਾਲ ਇੰਟਰਨੈਸ਼ਨਲ 올림픽 ਲੈਵਲ ਤੇ ਹਾਕੀ ਖੇਡੀ ਹੈ ਸਾਨੂੰ ਹਮੇਸ਼ਾ ਤੁਹਾਡੀ ਸਰਪ੍ਰਸਤੀ ਚਾਹੀਦੀ ਹੁੰਦੀ ਹੈ ਤੇ ਔਰ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆਂ ਕਿ ਤੁਸੀਂ ਹਮੇਸ਼ਾ ਹੀ ਹਾਕੀ ਨੂੰ ਸਪੋਰਟ ਕੀਤਾ ਹੈ ਔਰ ਤੁਹਾਡੀ ਜਿਹੜੀ ਪ੍ਰੈਜ਼ੈਂਸ ਵੀ ਹੈ ਉਹ ਵੀ ਸਾਡੇ ਵਾਸਤੇ ਬਹੁਤ ਵੈਲਿਊਏਬਲ ਹੈ ਤੇ ਦਰਸ਼ਕੋ ਆਪਾਂ ਹੁਣ ਇਸ ਇਵੈਂਟ ਦੇ ਹੋਲੀ ਸੋਲੀ ਇਨਚਾਰਜ ਔਰ ਸਾਲ ਬਾਏ ਸਾਲ ਔਰ ਟਾਈਮ ਬਾਏ ਟਾਈਮ ਮੈਲਬਨ ਦੇ ਵਿੱਚ ਖਾਸ ਤੌਰ ਤੇ ਹਾਕੀ ਨੂੰ ਇਸ ਲੈਵਲ ਤੇ ਲੈ ਕੇ ਜਾਣ ਵਾਲੇ ਸਾਡੇ ਬਹੁਤ ਹੀ ਅਜ਼ੀਜ਼ ਬਹੁਤ ਹੀ ਰਿਸਪੈਕਟਫੁਲ ਮਨਪ੍ਰੀਤ ਭਾਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਮਨਪ੍ਰੀਤ ਸਸਿਕਾ ਸਰਪਾਜੀ ਥੈਂਕ ਯੂ ਸੋ ਮਾਚ ਜੀ ਤੁਹਾਡਾ ਜੀ ਭਾਜੀ ਆ ਓਵਰ ਦ ਪੀਰੀਅਡ ਆਫ ਟਾਈਮ ਮੈਂ ਆਪ ਨੋਟਿਸ ਕੀਤਾ ਕਿ ਮਤਲਬ ਈਅਰ ਬਾਈ ਈਅਰ ਆਪਾਂ ਗਰੋ ਕਰ ਰਹੇ ਆ ਹਾਕੀ ਜਿਹੜੀ ਆ ਉਹ ਅਗਾਹ ਵਧੂ ਹੋ ਰਹੀ ਹੈ ਔਰ ਜਿਹੜਾ ਹਾਕੀ ਦਾ ਇਸ ਵਾਰ ਖਾਸ ਤੌਰ ਤੇ ਜਿਹੜਾ ਲੈਵਲ ਤੁਸੀਂ ਲੈ ਕੇ ਆ ਰਹੇ ਹੋ ਜਿਹਦੇ ਵਿੱਚ ਖਾਸ ਤੌਰ ਤੇ ਜਿਵੇਂ ਮੈਂ ਮੈਂਸ਼ਨ ਕਰਨਾ ਹੋਵੇ 올ੰਪੀਅਨ ਆਕਾਸ਼ਦੀਪ ਆ ਇੰਟਰਨੈਸ਼ਨਲ ਹਾਕੀ ਪਲੇਅਰ ਕੋਲਾਰ ਪਾਕਿਸਤਾਨ ਤੋਂ ਵੀ ਹਾਕੀ ਪਲੇਅਰ ਆ ਰਹੇ ਨੇ ਆ ਇਹ ਜਿਹੜੀ ਲੋਕਲ ਆਪਣੀ ਅਪਕਮਿੰਗ ਜਨਰੇਸ਼ਨ ਹੈ ਉਹਨਾਂ ਵਾਸਤੇ ਕਿੰਨਾ ਕੁ ਬੈਨੀਫੀਸ਼ੀਅਲ ਹੈ ਔਰ ਵੱਡੇ ਲੈਵਲ ਦੇ ਉੱਤੇ ਇਹਦਾ ਕੀ ਸਕੋਪ ਦੇਖਦੇ ਹਾਂ ਜੀ ਭਾਜੀ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਕਈ ਇਸ ਚੀਜ਼ ਤੇ ਕੁਐਸਚਨ ਵੀ ਕਰਦੇ ਆ ਵੀ ਕਿਉਂ ਇੰਟਰਨੈਸ਼ਨਲ ਪਲੇਅਰ ਆ ਕੇ ਖੇਡ ਰਹੇ ਆ ਬਟ ਉਸ ਚੀਜ਼ ਦਾ ਭਾਜੀ ਬੈਨੀਫਿਟ ਹੁੰਦਾ ਹੁਣ ਜੇ ਸਾਡੇ ਕੋਲੇ ਇਸ ਟੂਰਨਾਮੈਂਟ ਦੇ ਵਿੱਚ 400 ਪਾਰਟਿਸਪੈਂਟ ਆ ਜੇ ਉਹ ਚ 10 ਇੰਟਰਨੈਸ਼ਨਲ ਪਲੇਅਰ ਆ ਕੇ ਖੇਡ ਰਹੇ ਆ ਤਾਂ ਉਹ 10 ਨੇ 400 ਨੂੰ ਸਿਖਾ ਕੇ ਜਾਣਾ ਇੱਥੇ ਕੁਝ ਜੀ ਜਦੋਂ ਸਾਡੇ ਇੱਥੋਂ ਦੇ ਬੱਚੇ ਉਸ ਲੈਵਲ ਦੀ ਹਾਕੀ ਦੇਖਦੇ ਆ ਜਾਂ ਉਹਨਾਂ ਦੇ ਨਾਲ ਖੇਡਦੇ ਆ ਉਹ ਕਾਫੀ ਕੁਝ ਸਿੱਖਦੇ ਆ ਕਿਉਂਕਿ ਇੱਥੇ ਜੇ ਤੁਸੀਂ ਦੇਖੋ ਭਾਜੀ ਇੱਥੇ ਸਿਰਫ ਇੱਕ ਲੀਗ ਹੁੰਦੀ ਆ ਜੀ ਵੀਕੈਂਡ ਤੇ ਜਿੱਦਾਂ ਫਾਈਨਲੀ ਆਪਾਂ ਇੱਕ ਖੇਡਦੇ ਆ ਮਤਲਬ ਜਿੱਦਾਂ ਭਾਜੀ ਨੇ ਦੱਸਿਆ ਵੀ ਉਹ ਪ੍ਰੋਫੈਸ਼ਨਲ ਨਹੀਂ ਆ ਹੁਣ ਸਾਡੇ ਪਲੇਅਰ ਹੀ ਪ੍ਰੋਫੈਸ਼ਨਲ ਆ ਸਾਰੇ ਹਣਾ ਸੋ ਇਹਨਾਂ ਨੇ ਉਸ ਲੈਵਲ ਦੀ ਹਾਕੀ ਨਾ ਦੇਖੀ ਹੁੰਦੀ ਆ ਨਾ ਉਹਨਾਂ ਦੇ ਨਾਲ ਖੇਡੇ ਹੁੰਦੇ ਆ ਸੋ ਉਹਦਾ ਕਾਫੀ ਬੈਨੀਫਿਟ ਮਿਲਦਾ ਭਾਜੀ ਹੁਣ ਹੌਲੀ ਹੌਲੀ ਆਪਣੇ ਸਾਰੇ ਬੰਦੇ ਵੀ ਰਿਅਲਾਈਜ਼ ਕਰ ਰਹੇ ਵੀ ਇਟਸ ਗੁੱਡ ਵੀ ਆਪਣੇ ਕੋਈ ਇਦਾਂ ਪਲੇਅਰ ਆਉਂਦੇ ਆ ਸਾਡੇ ਕੋ ਪ੍ਰੀਮੀਅਰ ਲੀਗ ਦੇ ਪਲੇਅਰ ਸਾਡੇ ਆਪਣੇ ਮੁੰਡਿਆਂ ਦੇ ਨਾਲ ਖੇਡਦੇ ਕੋਗੇ ਆਪਣੇ ਕਮਿਊਨਿਟੀ ਦੇ ਬੱਚੇ ਪ੍ਰੀਮੀਅਰ ਲੀਗ ਤੱਕ ਨਹੀਂ ਪਹੁੰਚੇਗਾ ਜੀ ਪ੍ਰੀਮੀਅਰ ਲੀਗ ਇੱਥੇ ਹੁੰਦੀ ਆ ਲਾਈਕ ਟਾਪ ਦੀ ਜਿਹਨੂੰ ਆਪਾਂ ਕਹਦੇ ਆ ਇਹ ਟਾਇਰ 1 ਪਲੇਅਰ ਜਿਹੜੇ ਹੁੰਦੇ ਜਿੱਥੋਂ ਆਸਟ੍ਰੇਲੀਆ ਦੇ ਪਲੇਅਰ ਸਿਲੈਕਟ ਹੋਣੇ ਆ ਸਾਡੀ ਕਮਿਊਨਿਟੀ ਦੇ ਬੱਚੇ ਹਜੇ ਤੱਕ ਉੱਥੇ ਨਹੀਂ ਪਹੁੰਚੇ ਉੱਥੇ ਤੱਕ ਪਹੁੰਚਣ ਲਈ ਸਾਨੂੰ ਉਹਨਾਂ ਦੇ ਨਾਲ ਖੇਡਣਾ ਪੈਣਾ ਉਹਨਾਂ ਦੇ ਨਾਲ ਖੇਡ ਕੇ ਸਿੱਖਾਂਗੇ ਤਾਂ ਕਿਤੇ ਜਾ ਕੇ ਤੁਸੀਂ ਉਸ ਲੈਵਲ ਦਾ ਟੈਲੈਂਟ ਕੱਢ ਸਕੋਗੇ ਨਾ ਆਪਣੀ ਕਮਿਊਨਿਟੀ ਦੇ ਵਿੱਚੋਂ ਸੋ ਹੋਲ ਪੁਆਇੰਟ ਆਪਣੇ ਟੂਰਨਾਮੈਂਟ ਦਾ ਭਾਜੀ ਇਹੀ ਆ ਵੀ ਆਪਾਂ ਉਸ ਚੀਜ਼ ਨੂੰ ਆਪਣੇ ਇੱਥੇ ਆਪਣੇ ਕੋਲ ਕੰਟਰੋਲ 'ਚ ਲਿਆ ਆ ਕੇ ਤੇ ਆਪਣੇ ਇੱਥੋਂ ਕੰਮ ਚੱਕੀਏ ਜੀ ਮਨਪ੍ਰੀਤ ਮੈਂ ਮਤਲਬ ਤੁਹਾਡੀ ਆਪਣੀ ਮਤਲਬ ਇੱਕ ਨਾ ਤੁਹਾਡੀ ਇੱਕ ਜਿਹੜੀ ਸੋਚ ਹੈ ਗਰੋਥ ਵਾਸਤੇ ਅ ਔਰ ਇੱਕ ਜਿਹੜਾ ਪ੍ਰੋਫੈਸ਼ਨਲਿਜ਼ਮ ਨੂੰ ਹੋਰ ਅੱਗੇ ਲੈ ਕੇ ਜਾਣਾ ਉਹਦੀ ਦਾ ਮੈਂ ਤੁਹਾਨੂੰ ਮਤਲਬ ਬਹੁਤ ਮੁਬਾਰਕ ਦਿਨਾ ਇਸ ਬਾਰੇ ਕਿਉਂਕਿ ਬਹੁਤ ਥੋੜੇ ਲੋਕ ਹੁੰਦੇ ਆ ਜਿਹੜੇ ਯੂ ਨੋ ਦੇ ਐਸਪਾਇਰ ਫਾਰ ਅ ਗਰੋਥ অর ਦੇ ਐਸਪਾਇਰ ਫਾਰ ਅ ਚੇਂਜ ਤੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਆਉਂਦੇ ਹੋ ਤੇ ਇਹ ਸਾਡੀ ਲੋਕਲ ਕਮਿਊਨਿਟੀ ਵਾਸਤੇ ਵੀ ਬੜੀ ਇੱਕ ਮਾਣ ਵਾਲੀ ਗੱਲ ਹੋ ਜਾਂਦੀ ਆ ਕਿ ਇੰਟਰਨੈਸ਼ਨਲ ਗਰਾਉਂਡਸ ਦੇ ਵਿੱਚ ਔਰ ਇੰਟਰਨੈਸ਼ਨਲ ਅੰਪਾਇਰਸ ਦੇ ਅੰਡਰ ਖੇਡਣਾ ਔਰ ਇਸ এনवायरमेंट ਨੂੰ ਮਹਿਸੂਸ ਕਰਨਾ ਔਰ ਇਥੋਂ ਫਿਰ ਇੱਕ ਲਰਨ ਕਰਨਾ ਮੈਨੂੰ ਲੱਗਦਾ ਬਹੁਤ ਇਹ ਕਮਿਊਨਿਟੀ ਵਾਸਤੇ ਬੜੀ ਵੱਡੀ ਗੱਲ ਹੋ ਜਾਂਦੀ ਹੈ ਪਰ ਹਰ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੇ ਐਕਸਪੈਂਡੀਚਰ ਇਨਵੋਲਵ ਹੁੰਦੇ ਆ ਬਹੁਤ ਸਾਰੀ એનર્ਜੀ ਲੱਗੀ ਹੋਈ ਹੁੰਦੀ ਹੈ ਮੈਨੂੰ ਲੱਗਦਾ ਇਹ ਟੂਰਨਾਮੈਂਟ ਤਾਂ ਇਸ ਵੀਕਐਂਡ ਤੇ ਹੋ ਰਿਹਾ ਪਰ ਮੈਨੂੰ ਲੱਗਦਾ ਇਹਦੀ ਪ੍ਰੈਪਰੇਸ਼ਨ ਜਿਹੜੀ ਆ ਉਹ ਮਹੀਨੇ ਵੱਧੀ ਪਹਿਲਾਂ ਤੋਂ ਸ਼ੁਰੂ ਹਾਂਜੀ ਬਿਲਕੁਲ ਐਂਡ ਸਾਡਾ ਟੂਰਨਾਮੈਂਟ ਫਿਨਿਸ਼ ਹੋਣਾ ਤੇ ਨੈਕਸਟ ਦੀ ਆਲਰੇਡੀ ਤਿਆਰੀ ਸ਼ੁਰੂ ਹੋ ਜਾਣੀ ਹੈ ਜੀ ਜੀ ਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਵੀ ਆਪਣੀ ਲੋਕਲ ਕਮਿਊਨਿਟੀ ਦਾ ਰਿਸਪੌਂਸ ਕਿਸ ਤਰੀਕੇ ਦਾ ਰਿਹਾ ਔਰ ਕਿਸ ਤਰੀਕੇ ਉਹਨਾਂ ਨੇ ਮਤਲਬ ਆਪਾਂ ਨੂੰ ਸਪੋਰਟ ਕੀਤਾ ਸੋ ਪਲੀਜ਼ ਆਪਾਂ ਥੋੜਾ ਬੋਤਾ ਇਸ ਬਾਰੇ ਜ਼ਰੂਰ ਦਸੀਏ ਜੀ ਭਾਜੀ ਲੋਕਲ ਕਮਿਊਨਿਟੀ ਦਾ ਰਿਸਪੌਂਸ ਵਧੀਆ ਹੈ ਜਿੱਦਾਂ ਜਿੱਦਾਂ ਇੱਕ ਆਪਾਂ ਨੂੰ ਇੰਡੀਆ ਟੀਮ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਠੀਕ ਹੈ ਉਹਦੇ ਕਰਕੇ ਆਪਣੇ ਇੱਥੇ ਲੋਕਲ ਅਵੇਅਰਨੈਸ ਬਹੁਤ ਆਈ ਹੈ ਗੇਮ ਕਰਕੇ ਹਾਂਜੀ ਜੋ ਆਪਾਂ ਦੇਖ ਰਹੇ ਹਾਂ ਸੋ ਪਹਿਲਾਂ ਕੋਈ ਗੱਲ ਨਹੀਂ ਕਰਦਾ ਸੀ ਹੌਕੀ ਬਾਰੇ ਹੁਣ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ ਤੁਹਾਨੂੰ ਪੋਸਟਾਂ ਮਿਲਦੀਆਂ ਰਹਿੰਦੀਆਂ ਹਨ ਹੌਕੀ ਦੇ ਬਾਰੇ ਕੋਈ ਨਾ ਕੋਈ ਗੱਲਬਾਤ ਹੁੰਦੀ ਆ ਹਨਾ ਉਹਦਾ ਆਪਾਂ ਨੂੰ ਇੱਥੇ ਹੀ ਫਾਇਦਾ ਮਿਲਿਆ ਲੋਕਾਂ ਕੋ ਅਵੇਅਰਨੈਸ ਆ ਨਾਲੇ ਇੱਕੋ ਇੱਕ ਟੂਰਨਾਮੈਂਟ ਹੁੰਦਾ ਭਾਈ ਪੂਰੇ ਆਸਟ੍ਰੇਲੀਆ 'ਚ ਜਿੱਦਾਂ ਭਾਈ ਨੇ ਦੱਸਿਆ ਵੀ ਇੱਕੋ ਇੱਕ ਟੂਰਨਾਮੈਂਟ ਆ ਪੂਰੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਲੀਗ ਤੋਂ ਹਟ ਕੇ ਕੋਈ ਐਦਾਂ ਪ੍ਰਾਈਵੇਟ ਇਵੈਂਟ ਇਸ ਲੈਵਲ ਤੇ ਹੋ ਰਿਹਾ ਆ ਸੋ ਉਹ ਵਧੀਆ ਚੀਜ਼ ਆ ਭਾਜੀ ਐਂਡ ਇਹੀ ਸਾਡਾ ਵਿਜ਼ਨ ਆ ਵੀ ਆਪਣੇ ਇੱਥੇ ਬੱਚਿਆਂ ਨੂੰ ਥੋੜੀ ਜੀ ਜਗ੍ਹਾ ਦੇਈ ਹੈ ਹਨਾ ਜੀ ਤੇ ਮੈਨਸ ਹਾਕੀ ਦੀਆਂ ਟੀਮਾਂ ਦੇ ਨਾਲ-ਨਾਲ ਜਿਹੜੀ ਮੈਨੂੰ ਬੜੀ ਖਾਸ ਗੱਲ ਲੱਗੀ ਇਸ ਟੂਰਨਾਮੈਂਟ ਦੀ ਔਮਨ ਟੀਮਸ ਵੀ ਖੇਡ ਰਹੀਆਂ ਨੇ ਔਰ ਉਹਦੇ ਨਾਲ-ਨਾਲ ਬੱਚਿਆਂ ਦੀਆਂ ਟੀਮਾਂ ਵੀ ਖੇਡ ਰਹੀਆਂ ਔ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਜੀ ਭਾਜੀ ਸਾਡਾ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਅਸੀਂ ਚਾਹੁੰਦੇ ਹਾਂ ਔਮਨ ਪਾਰਟਿਸਪੇਸ਼ਨ ਵਧਾਈਏ ਜੀ ਬਟ ਆਬਵੀਅਸਲੀ ਅਸੀਂ ਜਦੋਂ ਸਟਾਰਟ ਕੀਤਾ ਜੀ ਸਾਡੇ ਕੋਲ ਸਿਰਫ ਆਪਣੇ ਪੰਜਾਬੀ ਕਲੱਬਸ ਹੀ ਸਟਾਰਟ ਉੱਥੋਂ ਹੀ ਟੂਰਨਾਮੈਂਟ ਹੋਇਆ ਸੀਗਾ ਜੀ ਬਟ ਉਹਨਾਂ ਦੇ ਵਿੱਚ ਥੋੜੇ ਆਪਣੀ ਦੂਸਰੀ ਕਮਿਊਨਿਟੀ ਦੇ ਖੇਡਦੇ ਸੀਗੇ ਥਿਸイヤー ਫਿਰ ਲਾਸਟイヤー ਥੋੜਾ ਉਹਨਾਂ ਦਾ ਦੂਸਰੀ ਕਮਿਊਨਿਟੀ ਦਾ ਪੂਲ ਵਧਿਆ ਆਪਣੇ ਕੋਲ ਜੀ ਇਸ ਵਾਰ ਸਾਡੇ ਕੋਲ ਉਹਨਾਂ ਨੇ ਟੀਮਾਂ ਵੀ ਪਾਈਆਂ ਜੀ ਤੇ ਉਹ ਗਰੋ ਕਰ ਰਹੀ ਉਹ ਚੀਜ਼ ਹਨਾ ਤੇ ਅਸੀਂ ਚਾਹੁੰਦੇ ਹਾਂ ਵੀ ਔਮਨ ਪਾਰਟਿਸਪੇਸ਼ਨ ਵੀ ਵਧੇ ਜੀ ਬਟ ਆਪਣੀ ਕਮਿਊਨਿਟੀ ਦੀਆਂ ਔਮਨਸ ਹਜੇ ਗੇਮ 'ਚ ਹੈ ਨਹੀਂ ਜੀ ਹੈਗਿਆ ਇੱਕ ਦੋ ਕੁ ਟੀਮ ਹੈਗਿਆ ਉਹ ਲਿਮਿਟਡ ਪਲੇਅਰਸ ਖੇਡਦੇ ਆ ਪਰ ਅਸੀਂ ਚਾਹੁੰਦੇ ਆ ਵੀ ਹੋਰ ਵੂਮਨਸ ਖੇਡਣ ਟੀਮਸ ਵਧਣ ਸਾਡੇ ਕੋ 8 ਮੈਨਸ ਖੇਡ ਰਹੀਆਂ ਪਰ 6 ਵੂਮਨ ਐ ਇਸ ਵਾਰ ਅਸੀਂ ਜ਼ੋਰ ਲਾ ਕੇ ਇਕੱਠੀਆਂ ਕੀਤੀਆਂ ਟੀਮਸ ਠੀਕ ਆ ਜੀ ਸਾਡਾ ਵੀ 8 ਜੇ ਮੁੰਡੇ ਆ 8 ਹੀ ਕੁੜੀਆਂ ਦੀਆਂ ਟੀਮਾਂ ਵੀ ਇੱਥੇ ਪਾਰਟਿਸਿਪੇਟ ਕਰਨ ਹਨ ਬਟ ਉਹ ਹੌਲੀ ਹੌਲੀ ਭਾਜੀ ਟਾਈਮ ਬਾਈ ਟਾਈਮ ਇਹ ਚੀਜ਼ ਕੋਸ਼ਿਸ਼ ਅਸੀਂ ਡਿਫਰੈਂਟ ਚੀਜ਼ ਕਰਨ ਲੱਗੇ ਹੋਏ ਆ it will take time ਬਿਲਕੁਲ ਬਟ ਇਵੈਨਚੁਅਲੀ ਆਪਾਂ ਉਥੇ ਪਹੁੰਚਾਂਗੇ ਜੀ ਬਿਲਕੁਲ ਆ ਪਾਜੀ ਸਾਡੀਆਂ ਸਾਰਿਆਂ ਦੀਆਂ ਸ਼ੁਭ ਸ਼ਾਮਾਂ ਨਾਲ ਹੁੰਦੀਆਂ ਨੇ ਖਾਸ ਤੌਰ ਤੇ ਮੇਰੀਆਂ ਪਰਸਨਲੀ ਜਦੋਂ ਕੋਈ ਸਪੋਰਟਸ ਦੇ ਵਿੱਚ ਜਾਂ ਯੂ نو ਕੁਝ ਡਿਫਰੈਂਟ ਕਰਨਾ ਚਾਹੁੰਦਾ ਜਾਂ ਅੱਗੇ ਵਧਣਾ ਚਾਹੁੰਦਾ ਜਾਂ ਲੋਕਾਂ ਬਾਰੇ ਸੋਚਦਾ ਜਾਂ ਆਵਾਮ ਬਾਰੇ ਸੋਚਦਾ ਸੋ ਮੈਂ ਹਮੇਸ਼ਾ ਹੀ ਉਹਨਾਂ ਦੀ ਸਪੋਰਟ ਤੇ ਹੁੰਨਾ ਔਰ ਸਾਡਾ ਮੀਡੀਆ ਦੇ ਤੌਰ ਤੇ ਵੀ ਸਾਡਾ ਫਰਜ਼ ਬਣ ਜਾਂਦਾ ਵੀ ਅਸੀਂ ਉਹਨਾਂ ਨੂੰ ਹਰ ਤਰੀਕੇ ਦੀ ਸਪੋਰਟ ਕਰੀਏ ਕਹਿੰਦੇ ਹੁੰਦੇ ਵੀ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਨਾ ਹੋਵੇ ਤੁਸੀਂ ਇਕੱਲੇ ਨਿਕਲੋ ਤੇ ਕਾਫਲੇ ਆਪੇ ਬਣ ਜਾਂਦੇ ਆ ਸੋ ਮੈਨ ਲੱਗਦਾ ਭਾਜੀ ਤੁਹਾਡਾ ਕਾਫਲਾ ਬਣ ਗਿਆ ਜਾਂਦੇ ਜਾਂਦੇ ਮੈਨੂੰ ਪਤਾ ਤੁਸੀਂ ਕਾਫੀ ਬਿਜ਼ੀ ਹੋ ਤੁਸੀਂ ਸਾਰਿਆਂ ਨੂੰ ਅਟੈਂਡ ਕਰ ਰਹੇ ਹੋ ਜਾਂਦੇ ਜਾਂਦੇ ਜਿਹੜੀ ਲੋਕਲ ਕਮਿਊਨਿਟੀ ਹੈ ਲੌਂਗ ਵੀਕਐਂਡ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਉਹ ਆਉਣ ਔਰ ਸਪੋਰਟ ਕਰਨ ਟੂਰਨਾਮੈਂਟ ਦੀ ਔਰ ਉਹਨੂੰ ਮਤਲਬ ਯੂ نو ਹੱਲਾਸ਼ੇਰੀ ਦੇਣ ਆਉਣ ਔਰ ਖਾਸ ਤੌਰ ਤੇ ਜਿਹੜੇ ਇੰਟਰਨੈਸ਼ਨਲ 올ੰਪੀਅਨ ਐਥਲੀਟ ਪਲੇਅਰ ਆਏ ਹੋਏ ਨੇ ਉਹਨਾਂ ਨੂੰ ਮਿਲਣ ਆ ਕੇ ਤਾਂ ਕਿ ਮਤਲਬ ਆਪਾਂ ਯੂ نو ਉਹਨਾਂ ਨੂੰ ਵੀ ਫੀਲ ਕਰਾ ਸਕੀਏ ਕਿ ਅਸੀਂ ਤੁਹਾਨੂੰ ਸਪੋਰਟ ਕਰਦੇ ਆਂ ਅਜੀ ਕਮਿਊਨਿਟੀ ਨਾਲ ਤਾਂ ਇਹੀ ਸਨੇਹਾ ਵੀ ਆ ਚਲੋ ਲੌਂਗ ਵੀਕ ਹੈ ਨਾ ਹਰੇਕ ਨੇ ਘੁੰਮਣ ਫਿਰਨ ਜਾਣਾ ਹੁੰਦਾ ਬਟ ਹਰੇਕ ਨੇ ਸੰਡੇ ਨੂੰ ਵਾਪਸ ਵੀ ਆ ਜਾਣਾ ਸੋ ਸਾਡਾ ਜਿਹੜਾ ਫਾਈਨਲ ਆ ਸੰਡੇ ਸ਼ਾਮ ਨੂੰ ਆ 7 ਵਜੇ ਫਾਈਨਲ ਆ ਸਾਡਾ ਸੋ 7 ਵਜੇ ਆਈ ਥਿੰਕ ਹਰੇਕ ਨੇ ਪਹੁੰਚ ਜਾਣਾ ਸੋ ਟਾਈਮ ਕੱਢ ਕੇ ਆਓ ਮੈਚ ਦੇਖੋ ਜੇ ਤਾਂ ਤੁਸੀਂ ਨਹੀਂ ਕਿਤੇ ਜਾ ਰਹੇ ਲੌਂਗ ਵਿਕਟ ਬਣਾਉਣਾ ਤਾਂ ਇੱਥੇ ਆਓ ਸਾਡੇ ਕੋ ਖੁੱਲਾ ਬੇੜਾ ਇੱਥੇ ਆ ਕੇ ਇੰਜੋਏ ਕਰੋ ਜੀ 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 ਬਿਲਕੁਲ ਤੇ ਭਾਜੀ ਲਾਸਟ ਵਿੱਚ ਆਪਾਂ ਜਿਹੜੇ ਸਪਾਂਸਰਸ ਨੇ ਜਿਨ੍ਹਾਂ ਨੇ ਆਪਾਂ ਨੂੰ ਸਪੋਰਟ ਕੀਤਾ ਆਪਾਂ ਉਹਨਾਂ ਨੂੰ ਥੋੜਾ ਜਿਹਾ ਮੈਂਸ਼ਨ ਕਰ ਦਈਏ ਜਾਂ ਜੇ ਤੁਸੀਂ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤੇ ਪਲੀਜ਼ ਕਹਿ ਦਿਓ ਭਾਜੀ ਥੈਂਕ ਯੂ ਜੀ ਸਾਰੇ ਸਾਡੇ ਟੂਰਨਾਮੈਂਟ ਦੇ ਸਪਾਂਸਰਸ ਦਾ ਬਹੁਤ ਬਹੁਤ ਥੈਂਕ ਯੂ ਆ ਉਹਨਾਂ ਬਦੌਲਤ ਹੀ ਅਸੀਂ ਇਹ ਟੂਰਨਾਮੈਂਟ ਕਰ ਰਹੇ ਆ ਬਿਕੋਜ਼ ਇਹਦੇ ਵਿੱਚ ਭਾਜੀ ਕੋਈ ਵੀ ਗਵਰਨਮੈਂਟ ਗ੍ਰਾਂਟਸ ਜਾਂ ਕੁਝ ਵੀ ਇਨਵੋਲਡ ਨਹੀਂ ਹੈਗੀ ਇਹ ਟੂਰਨਾਮੈਂਟ ਟੋਟਲੀ ਫੰਡਿੰਗ ਹੁੰਦੀ ਆ ਆਪਣੇ ਸਪੌਂਸਰਸ ਤੋਂ ਜੀ ਸੋ ਚਾਹੇ ਕੋਈ ਆਪਾਂ ਨੂੰ ਥੋੜੇ ਬਹੁਤ ਪੈਸੇ ਦਿੰਦਾ ਜਾਂ ਵਾਅਦੇ ਦਿੰਦਾ ਉਹਦੇ ਨਾਲ ਹੀ ਆਪਣਾ ਇਹ ਟੂਰਨਾਮੈਂਟ ਰਨ ਹੁੰਦਾ ਭਾਜੀ ਜੀ ਭਾਜੀ ਟਾਈਮ ਦੇਣ ਵਾਸਤੇ ਬਹੁਤ-ਬਹੁਤ ਸ਼ੁਕਰੀਆ ਤੇ 올 ਦਾ ਬੈਸਟ ਫਾਰ ਦਾ ਟੂਰਨਾਮੈਂਟ ਤੇ ਬਹੁਤ-ਬਹੁਤ ਮੁਬਾਰਕ ਭਾਜੀ ਥੈਂਕ ਯੂ